ਕਰ ਲੈਂਦੇ ਹਾਂ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਸਾਬਕਾ ਡਾਇਰੈਕਟਰ ਦਿਨਕਰ ਗੁਪਤਾ ਨੂੰ ਜ਼ੈਡ ਪਲੱਸ ਸੁਰੱਖਿਆ ਮਿਲੀ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਜ਼ੈਡ ਪਲੱਸ ਸੁਰੱਖਿਆ ਦੇਣ ਦਾ ਫੈਸਲਾ ਲਿਆ। ਸੁਰੱਖਿਆ ਏਜੰਸੀਆਂ ਨੂੰ ਮਿਲੇ ਇਨਪੁੱਟ ਮਗਰੋਂ ਸੁਰੱਖਿਆ ਦੇ ਵਿੱਚ ਵਾਧਾ ਕੀਤਾ ਗਿਆ। ਸੁਰੱਖਿਆ ਕਵਰ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਦੇ ਵਿੱਚ ਮਿਲੇਗਾ। ਇਸ ਵਕਤ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਸਾਬਕਾ ਡਾਇਰੈਕਟਰ ਦਿਨਕਰ ਗੁਪਤਾ ਨੂੰ ਜ਼ੈਡ ਪਲੱਸ ਸੁਰੱਖਿਆ ਦੇਣ ਦਾ ਫੈਸਲਾ ਲਿਆ ਗਿਆ। ਖਬਰ ਤੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਰੋਹਿਤ ਬਾਂਸਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਤਾਂ ਜੀ ਰੋਹਿਤ, ਸੁਰੱਖਿਆ ਦੇ ਵਿੱਚ ਵਾਧਾ ਦਿਨਕਰ ਗੁਪਤਾ ਦੇ ਵਿੱਚ ਕੀਤਾ ਗਿਆ, ਕੀ ਕੁਝ ਹੋਰ ਜਾਣਕਾਰੀ ਹੈ? ਹਾਂਜੀ ਬਿਲਕੁਲ, ਜੇਕਰ ਗੱਲ ਕੀਤੀ ਜਾਵੇ ਦਿਨਕਰ ਗੁਪਤਾ ਨੂੰ ਤਾਂ ਪੰਜਾਬ, ਚੰਡੀਗੜ੍ਹ ਔਰ ਦਿੱਲੀ ਦੇ ਵਿੱਚ ਜਿਹੜੀ ਜੈਡ ਪਲੱਸ ਸੁਰੱਖਿਆ ਉਹ ਦਿੱਤੀ ਜਾਏਗੀ, ਦੇ ਨਾਲ ਜਿਹੜੇ CRPF ਦੇ ਜਵਾਨ ਨੇ ਉਹਨਾਂ ਦੀ ਤੈਨਾਤੀ ਰਹੇਗੀ। ਨਾਲ ਦੀ ਨਾਲ ਜਿਹੜੀ ਵੀ ਸਟੇਟ ਦੇ ਵਿੱਚੋਂ ਜਾਣਗੇ, ਚਾਹੇ ਉਹ ਪੰਜਾਬ ਦੇ ਵਿੱਚ ਆਉਂਦੇ ਆ, ਚਾਹੇ ਚੰਡੀਗੜ੍ਹ ਦੇ ਵਿੱਚ ਹੁੰਦੇ ਆ, ਚਾਹੇ ਦਿੱਲੀ ਦੇ ਵਿੱਚ ਹੁੰਦੇ ਆ, ਤਾਂ ਉਸ ਜਗ੍ਹਾ ਦੀ ਜਿਹੜੀ ਲੋਕਲ ਪੁਲਿਸ ਹੁੰਦੀ ਹੈਗੀ ਉਹਨਾਂ ਦੇ ਵੱਲੋਂ ਵੀ ਬਕਾਇਦਾ ਤੌਰ ਤੇ ਜਿਹੜੀ ਇਸ ਦੇ ਵਿੱਚ ਸੁਰੱਖਿਆ ਹੈਗੀ ਉਹ ਵਾਧਾ ਕੀਤਾ ਜਾਏਗਾ। ਦਰਅਸਲ ਉਹਨਾਂ ਨੂੰ ਥ੍ਰੈਟ ਪਰਸੈਪਸ਼ਨ ਹੈ ਜਿਹੜੀ ਉਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਇਹ ਕਹਿ ਲਈਏ ਕਿ ਫੈਸਲਾ ਹੈਗਾ ਉਹ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਹੈਗਾ, ਕਿਉਂਕਿ NIA ਦੇ ਚੀਫ ਉਹ ਰਹਿ ਚੁੱਕੇ ਨੇ ਔਰ ਇਸੇ ਮਾਰਚ ਮਹੀਨੇ ਦੇ ਵਿੱਚ ਹੀ ਉਹਨਾਂ ਦੀ ਰਿਟਾਇਰਮੈਂਟ ਹੋਣੀ ਸੀ। ਉਸ ਤੋਂ ਪਹਿਲਾਂ ਪੰਜਾਬ ਦੇ DGP ਦੇ ਅਹੁਦੇ ਦੇ ਉੱਤੇ ਜਿਹੜੀ ਤੈਨਾਤੀ ਉਹਨਾਂ ਦੀ ਰਹਿ ਚੁੱਕੀ ਹੈਗੀ। ਇਸੇ ਦੇ ਨਾਲ ਹੀ ਪੰਜਾਬ ਦੇ ਇੰਟੈਲੀਜੈਂਸ ਜਿਹੜਾ ਡਿਪਾਰਟਮੈਂਟ ਹੈਗਾ, ਜਿਹੜਾ ਖੁਫੀਆ ਵਿੰਗ ਡਿਪਾਰਟਮੈਂਟ ਕਹਿ ਦਿੱਤਾ ਜਾਂਦਾ ਹੈਗਾ, ਉਸ ਦੇ ਹੈੱਡ ਰਹਿ ਚੁੱਕੇ ਨੇਗੇ। ਅਜਿਹੇ ਦੇ ਵਿੱਚ ਬਹੁਤ ਸਾਰੇ ਆਪਰੇਸ਼ਨ ਅਜਿਹੇ ਹੁੰਦੇ ਆ, ਜਦੋਂ ਤੁਸੀਂ ਡਿਊਟੀਆਂ ਤੇ ਤੈਨਾਤ ਹੁੰਦੇ ਹੋ ਤਾਂ ਤੁਸੀਂ ਉਹ ਆਪਰੇਸ਼ਨ ਕਰਦੇ ਰਹਿੰਦੇ ਹੋ। ਖਾਸ ਤੌਰ ਤੇ ਖਾਲਿਸਤਾਨ ਦਾ ਮੁੱਦਾ ਜਿਸ ਸਮੇਂ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹਾਈਪ ਲੈਂਦਾ ਹੈਗਾ, ਤਾਂ ਉਸ ਸਮੇਂ ਦਿਨਕਰ ਗੁਪਤਾ ਪੰਜਾਬ ਦੇ ਅੰਦਰ ਸੇਵਾਵਾਂ ਨਿਭਾ ਰਹੇ ਸੀਗੇ। ਇਸੇ ਦੇ ਨਾਲ ਜਦੋਂ ਉਹ NIA ਦੀ ਕਮਾਨ ਸੰਭਾਲਦੇ ਨੇ ਤਾਂ ਉਸ ਸਮੇਂ ਵੀ ਇਹ ਮੁੱਦਾ ਜਿਹੜਾ ਕਾਫੀ ਹਾਈਲਾਈਟ ਰਿਹਾ ਹੈਗਾ, ਤਾਂ ਇਹੀ ਚੀਜ਼ਾਂ ਦੀ ਜਿਹੜੀ ਥ੍ਰੈਟ ਪਰਸੈਪਸ਼ਨ ਹੈ ਉਹ ਦੱਸੀ ਜਾ ਰਹੀ ਹੈਗੀ ਕਿ ਜਿਹੜੀ ਉਹਨਾਂ ਨੂੰ ਆਈ ਹੈਗੀ। ਔਰ ਇਸੇ ਚੀਜ਼ ਤੋਂ ਬਾਅਦ ਜਿਹੜੀ ਕੇਂਦਰੀ ਸਰਕਾਰ ਜਿਹੜੀ ਸਰਕਾਰ ਹੈਗੀ ਉਹਨਾਂ ਦੇ ਵੱਲੋਂ ਇਹ ਰਿਵਿਊ ਕੀਤਾ ਗਿਆ ਹੈਗਾ, ਗ੍ਰਹਿ ਮੰਤਰਾਲੇ ਵੱਲੋਂ ਇਹ ਤਮਾਮ ਚੀਜ਼ਾਂ ਰਿਵਿਊ ਕੀਤੀਆਂ ਗਈਆਂ, ਔਰ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਦਿਨਕਰ ਗੁਪਤਾ ਨੂੰ ਜੈੱਡ ਪਲੱਸ ਸੁਰੱਖਿਆ ਜਿਹੜੀ ਉਹ ਦਿੱਤੀ ਜਾਵੇ। ਜਦੋਂ ਵੀ ਕਿਸੇ ਵਿਅਕਤੀ ਨੂੰ ਜੈੱਡ ਪਲੱਸ ਸੁਰੱਖਿਆ ਦਿੱਤੀ ਜਾਂਦੀ ਹੈ ਤਾਂ ਲਗਭਗ 50 ਦੇ ਕਰੀਬ ਜਿਹੜੇ CRPF ਦੇ ਜਵਾਨ ਹੈ ਉਹਨਾਂ ਦੀ ਸੁਰੱਖਿਆ ਦੇ ਵਿੱਚ ਤੈਨਾਤ ਰਹਿੰਦੇ ਨੇ। ਔਰ ਜਿਸ ਵੀ ਉਹ ਸਟੇਟ ਦੇ ਵਿੱਚ ਜਾਂਦੇ ਨੇ, ਮੰਨ ਲਓ ਪੰਜਾਬ ਦੇ ਵਿੱਚ ਨੇ, ਤਾਂ ਪੰਜਾਬ ਦੀਆਂ ਜਿਹੜੀਆਂ ਪੁਲਿਸ ਦੀਆਂ ਟੀਮਾਂ ਨੇ ਉਹ ਉਹਨਾਂ ਦੇ ਨਾਲ ਤੈਨਾਤ ਰਹਿੰਦੀਆਂ ਨੇ। ਜਦੋਂ ਉਹ ਚੰਡੀਗੜ੍ਹ ਦੇ ਅੰਦਰ ਜਾਣਗੇ ਤਾਂ ਚੰਡੀਗੜ੍ਹ ਦੀ ਜਿਹੜੀ ਲੋਕਲ ਪੁਲਿਸ ਹੋਏਗੀ ਉਹ ਵੀ ਉਹਨਾਂ ਦੇ ਨਾਲ ਤੈਨਾਤ ਰਹੇਗੀ। CRPF ਪਲੱਸ ਲੋਕਲ ਪੁਲਿਸ, ਤਾਂ ਦੋਨਾਂ ਦਾ ਜਿਹੜਾ ਸੁਮੇਲ ਹੁੰਦਾ ਹੈਗਾ ਉਹ ਇਸ ਸੁਰੱਖਿਆ ਦੇ ਵਿੱਚ ਨਜ਼ਰ ਆਉਂਦਾ। ਔਰ ਦੇਸ਼ ਦੀ ਸਭ ਤੋਂ ਜਿਹੜੀ ਕਹਿ ਲਈਏ ਕਿ ਇੱਕ ਸਖ਼ਤ ਸੁਰੱਖਿਆ ਜਿਹੜੀ ਕਿਸੇ ਵੀ ਵਿਅਕਤੀ ਨੂੰ ਦਿੱਤੀ ਜਾਂਦੀ ਹੈਗੀ ਕਿਸੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਤੋਂ ਬਾਅਦ, ਤਾਂ ਉਹ ਜ਼ੈਡ ਪਲੱਸ ਸੁਰੱਖਿਆ ਹੀ ਹੈ ਜਿਹੜੀ ਅੱਜ ਦਿਨਕਰ ਗੁਪਤਾ ਨੂੰ ਦੇਣ ਦਾ ਐਲਾਨ ਹੈ ਜਿਹੜਾ ਉਹ ਕੀਤਾ ਗਿਆ, ਔਰ ਇਹ ਫੈਸਲਾ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੀਤਾ ਗਿਆ। ਠੀਕ ਹੈ ਰੋਹਿਤ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤੀ। ਤਾਂ ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਸਾਬਕਾ ਡਾਇਰੈਕਟਰ ਦਿਨਕਰ ਗੁਪਤਾ, ਜਿਨ੍ਹਾਂ ਨੂੰ ਜ਼ੈਡ ਪਲੱਸ ਸੁਰੱਖਿਆ ਹੁਣ ਮਿਲੇਗੀ। ਕੇਂਦਰ ਸਰਕਾਰ ਨੇ ਜ਼ੈਡ ਪਲੱਸ ਸੁਰੱਖਿਆ ਦੇਣ ਦਾ ਫੈਸਲਾ ਲਿਆ। ਸੁਰੱਖਿਆ ਏਜੰਸੀਆਂ ਨੂੰ ਮਿਲੇ ਇਨਪੁੱਟ ਦੇ ਮਗਰੋਂ ਇਹ ਫੈਸਲਾ ਲਿਆ ਗਿਆ। ਤਾਂ ਸੁਰੱਖਿਆ ਕਵਰ ਪੰਜਾਬ, ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਮਿਲੇਗਾ।